subscribe to our YouTube channel. Press the bell icon to get the latest update. ਫਰੀਦਕੋਟ ਦੇ ਵਿੱਚ ਬੀਤੇ ਦਿਨਾਂ ਤੋਂ ਇੱਕ ਅਜਿਹਾ ਮਾਮਲਾ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਤਾਰ ਵਾਦੇ ਜਾ ਰਹੇ ਨੇ। ਕਾਬਲੇ ਗੌਰ ਹੈ ਕਿ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ਦੇ ਵਿੱਚ ਇਲਾਜ ਅਧੀਨ ਨੌਜਵਾਨ ਰਾਜ ਸਿੰਘ ਵਾਸੀ ਪਿੰਡ ਕੋਠੇ ਬਰਡੇ ਵਾਲੇ ਜ਼ਿਲ੍ਹਾ ਮੁਕਤਸਰ ਸਾਹਿਬ ਨੇ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਨੇ ਫਰੀਦਕੋਟ ਦੇ ਟਰਾਂਸਪੋਰਟਰ ਦੇ ਮਾਲਕਾਂ ਤੋਂ ਇੱਕ ਟਰੱਕ ਟਰਾਲਾ ਖਰੀਦਿਆ ਸੀ ਜਿਸ ਦੀ ਕੀਮਤ 1.5 ਲੱਖ ਰੁਪਏ ਪੇਮੈਂਟ ਦੇਣੀ ਬਾਕੀ ਬਣਦੇ ਸੀ, ਜਿਸ ਦੇ ਬਦਲੇ ਉਕਤ ਟਰਾਲਾ ਮਾਲਕ ਨੇ ਉਸ ਨੂੰ ਅਗਵਾ ਕਰਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪਰ ਦੂਸਰੇ ਪਾਸੇ ਇਸ ਮਾਮਲੇ ਦੇ ਵਿੱਚ ਗੱਲਬਾਤ ਕਰਦਿਆਂ ਥਾਣਾ ਕੋਟਭਾਈ ਦੇ ਤਫਤੀਸ਼ੀ ਅਧਿਕਾਰੀ ਨੇ ਦੱਸਿਆ ਹੈ ਕਿ ਪਿੰਡ ਕੋਠੇ ਬਰਡੇ ਵਾਲੇ ਦੇ ਰਾਜ ਸਿੰਘ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਸਰ ਗੱਲਬਾਤ ਮੈਂ ਗੱਡੀ ਲੈ ਕੇ ਜੀ, ਮੈਂ ਨਾ ਗੁਹਾਟੀ ਦਾ ਮਾਲ ਲੈ ਕੇ ਗਿਆ ਸੀ, ਉੱਥੋਂ ਖਾਲੀ ਕਰਕੇ ਜਮੁਨਾ ਨਗਰ ਰੇਤਾ ਭਰ ਕੇ ਆਇਆ ਸੀ ਘਰ, ਤੇ ਹਜੇ ਆ ਕੇ ਪਿੰਡ ਹੀ ਖੜਾ ਸੀਗਾ। ਜਦ ਪਿੰਡ ਆ ਕੇ ਖੜਾ ਤੇ ਅਚਾਨਕ 3-4 ਗੱਡੀਆਂ ਤੇ ਬੰਦੇ ਆਏ ਜੀ। ਆ ਕੇ ਬੰਦਿਆਂ ਨੇ ਇੱਕੇ ਦਮ ਐਂ ਚੱਕਿਆ ਵੀ ਜਿਵੇਂ ਕਿਤੇ ਵੀ ਪਤਾ ਨੀ ਵੀ ਮਾਰਨਾ ਹੁੰਦਾ ਜਾਂ ਇਰਾਦਾ ਕਤਲ ਕਰਨਾ ਹੁੰਦਾ, ਤੇ ਜਦੋਂ ਉੱਥੋਂ ਜਾ ਕੇ ਕਲਿਆ ਮੈਨੂੰ ਤੇ ਇੱਥੋਂ ਕੋਈ ਪਿੰਡ ਪੈਂਦਾ ਜੀ ਕਾਸਮ ਭੱਟੀ ਵੇਚ ਦੇ, ਉਹ ਕਾਸਮ ਭੱਟੀ ਦੇ ਵੇਚਦੀ ਹੋ ਗਿਆ ਕਿ ਸੁੰਨੇ ਘਰ ਚ ਲੈ ਗਏ ਜੀ। ਇੱਥੇ ਨਾਲ ਘਰ ਆ ਜੀ, ਨਾਲ ਵਾੜਾ ਉਹਦੇ, ਫਿਰ ਉਹ ਵਾੜੇ ਚ ਮੈਨੂੰ ਉੱਥੇ ਜਾ ਕੇ ਮੰਜੇ ਦੇ ਨਾਲ ਬੰਨ ਲਈਆਂ ਮੇਰੀਆਂ ਲੱਤਾਂ ਬੰਨ ਕੇ ਇੰਨੀ ਬੁਰੀ ਹਾਲਤ ਨਾਲ ਕੁੱਟਿਆ ਜੀ। ਮੇਰੇ ਸਾਨੂੰ ਪੁਲਿਸ ਵੀ ਨੀ ਇੰਨਾ ਉਹ ਵੜਦੀ ਜੀ, ਆਹ ਮੇਰੇ ਸਾਰੇ ਜਿਹੜੇ ਪਾਸੇ ਆਈ ਆਹ ਇੰਨੇ ਭੰਨੇ ਪਏ ਜੀ, ਤੇ ਆਹ ਲੱਤਾਂ ਬਾਹਾਂ, ਤੇ ਇੰਨੀ ਕੁ ਹਾਲਤ ਕਰਕੇ ਤੇ ਉੱਥੋਂ ਇਹ ਲੈ ਕਚਹਿਰੀਆਂ ਚ ਜੀ, ਕਚਹਿਰੀਆਂ ਚ ਇਹਨਾਂ ਨੇ ਮੇਰੇ ਤੋਂ ਸਾਰੇ ਜ਼ਬਰਦਸਤੀ ਆਹ ਸਾਈਨ ਕਰਵਾ ਕੇ ਮੇਰੀ ਦੂਜੀ ਜਿਹੜੀ ਫਰੀ ਗੱਡੀ ਉਹਦੇ ਐਕਸੀਡੈਂਟ ਨਾ ਕਰਾ ਕੇ ਜੀ, ਤੇ ਸਾਰੇ ਐਕਸੀਡੈਂਟ ਇਹਨਾਂ ਨੇ ਆਪਦੇ ਨਾਂ ਟ੍ਰਾਂਸਫਰ ਕਰਾ ਲਏ, ਖਾਲੀ ਕੋਰੇ ਕਾਗਜ਼ਾਂ ਤੇ ਇਹਨਾਂ ਨੇ ਸਾਈਨ ਕਰਵਾਇਆ ਜੀ ਸਾਰੇ ਜਿੰਨੇ ਵੀ, ਤੇ ਇੱਕ ਚੈੱਕ ਸੀਗੇ ਜੀ ਇਹਨਾਂ ਕੋਲੇ ਪਹਿਲਾਂ, ਉਹ ਚੈੱਕ ਤੇ ਇਹਨਾਂ ਨੇ ਸਾਈਨ ਕਰਵਾਇਆ ਜੀ, ਆਹ ਪਤਾ ਨੀ ਗਲਤ ਸੀਗਾ ਕਿਵੇਂ ਸੀ, ਤੇ ਐਂ ਨੀ ਪਤਾ ਮੈਨੇ ਗੱਡੀ 'ਚ ਹੋਰ ਵੀ ਇਹਨਾਂ ਨੇ ਚੈੱਕ ਨਾਲ ਕਢਾ ਕੇ ਲਿਆ। ਮਸਲਾ ਜੀ ਪੇਮੈਂਟ ਦਾ ਸੀਗਾ ਜੀ, ਮੈਂ ਇਹਨਾਂ ਤੋਂ 25 ਲੱਖ ਦੀ ਗੱਡੀ ਖਰੀਦੀ ਸੀਗੀ, 25 ਲੱਖ ਦੀ ਗੱਡੀ ਖਰੀਦ ਕੇ ਜਿਹਦੇ 'ਚ ਮੈਂ ਇਹਨਾਂ ਨੂੰ 21,30,000 ਰੁਪਇਆ ਕੈਸ਼ ਦੇ ਬੈਠਾ ਸੀ, ਤੇ 2,30,000 ਰੁਪਇਆ ਇਹਨਾਂ ਦੇ ਖਾਤੇ 'ਚ ਗਿਆ ਜੀ, ਤੇ ਕੁਛ ਟੈਕਸ ਕਟਵਾ ਕੇ ਇਹਨਾਂ ਨੇ 2.5 ਲੱਖ ਰੁਪਇਆ ਪੇਮੈਂਟ ਮੈਂ ਇਹਨਾਂ ਨੇ ਪਹਿਲਾਂ ਸਾਈ ਤੌਰ 'ਤੇ ਜਾਵੜੀ ਸੀਗੀ, ਤੇ ਇਹਨਾਂ ਨੇ 2.5 ਲੱਖ ਦਿੱਤੇ, ਇਹਨਾਂ 1,25,00,000 ਰੁਪਇਆ ਰਹਿੰਦਾ ਸੀਗਾ ਜੀ। ਉਸੇ ਮਸਲੇ 'ਚ ਇਹਨਾਂ ਨੇ ਵੀ ਇਹਨਾਂ ਦੀ ਪਤਾ ਕੀ ਗਲਤੀ ਹੈ ਜੀ, ਇਹ ਕਹਿੰਦੇ ਵੀ ਸਾਡੇ ਕੋਲ ਪੇਮੈਂਟ ਨਹੀਂ ਆਈ ਜੀ, ਇਹਨਾਂ ਕੋਲ ਪੇਮੈਂਟ ਨਹੀਂ ਆਈ ਸੀ, ਇਹ ਮੇਰੇ ਕੋਲ ਘਰੇ ਆਏ ਆਉਂਦੇ ਉੱਥੇ ਚੱਕ ਲਿਆਏ ਸੀ, ਕੋਈ ਗੱਲ ਨਹੀਂ ਚੱਕ ਕੇ ਵੀ ਉਹ ਬੰਦੇ ਨੇ ਮੈਨੂੰ ਸਾਹਮਣੇ ਕਰ ਦਿੰਦੇ ਦਲਾਲ ਦੇ, ਤੇ ਜਿਹੜੇ ਬੰਦੇ ਨੇ ਸਾਹਮਣੇ ਲਏ ਸੀ ਪੇਮੈਂਟ ਉਹਦੇ ਸਾਹਮਣੇ ਕਰਕੇ, ਤੇ ਉਦੋਂ ਬਾਅਦ ਮੈਂ ਇੱਥੋਂ ਪੁੱਛ ਦੱਸ ਕਰ ਦਿੰਦੇ ਜੀ ਮੇਰੇ 'ਚ ਗਲਤੀ ਸੀ, ਤੇ ਬੇਸ਼ੱਕ ਦੀ ਮੈਨੂੰ ਜਾਨੋਂ ਮਾਰ ਦਿੰਦੇ, ਮੈਨੂੰ ਕੋਈ ਦੁੱਖ ਨਹੀਂ ਸੀਗਾ। ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਚੱਕ ਕੇ ਲਿਆ ਕੇ ਸੁੰਨੇ ਘਰ 'ਚ ਬਾਹ ਕੇ ਮੈਨੂੰ ਇੱਡੀ ਬੁਰੀ ਹਾਲਤ ਨਾਲ ਕੁੱਟਿਆ। ਕੌਣ ਬੰਦੇ? ਇਹ ਮੱਲੀ ਵਾਲੇ ਆ ਜੀ, ਮੱਲੀ ਟਰਾਂਸਪੋਰਟ ਆ ਇੱਥੇ ਬਹੁਤ, ਇਹਨਾਂ ਦੀ 500-700 ਗੱਡੀ ਆ ਕੋਈ, ਇਹ ਆ ਰਹੇ ਵੀ ਸਾਡੇ ਇੱਥੇ ਨਾ ਤੁਸੀਂ ਐਂ ਦੇਖ ਲਓ ਜੀ ਇਹਨਾਂ ਦੀ ਇੰਨੀ ਪਹੁੰਚ ਆ, ਮੈਨੂੰ ਜਦੋਂ ਇੱਥੇ ਗੱਡੀ 'ਚ ਕੁੱਟ ਮਾਰ ਕੇ ਲਿਆਏ ਤੇ ਗੱਡੀ ਦੇ ਵਿੱਚੋਂ ਬਾਹਰ ਨਹੀਂ ਕੱਢਿਆ, ਕਚਹਿਰੀਆਂ ਦੇ ਸਾਹਮਣੇ ਤੁਸੀਂ ਕੈਮਰਿਆਂ 'ਚ ਖੁਦ ਦੇਖ ਸਕਦੇ ਆ ਜੀ, ਜਿੱਥੇ ਮੈਨੂੰ ਇਹਨਾਂ ਨੇ ਜ਼ਬਰਦਸਤੀ ਸਾਈਨ ਕਰਵਾਇਆ ਸਾਰੇ। ਮੱਲੀ ਟਰਾਂਸਪੋਰਟ ਨੂੰ ਕਹਿ ਰਹੇ ਕਿੱਥੋਂ ਦੀ ਹੈਗੀ? ਇਹ ਫਰੀਦਕੋਟ, ਇਹ ਸਾਦਕ ਰੋਡ ਤੇ ਹੀ ਹੈ ਜੀ ਇੱਥੇ ਮੱਲੀ ਮੋਟਰ। ਕਿਹੜੇ ਬੰਦੇ ਸੀ, ਕੌਣ ਕੌਣ, ਨਾਂ ਕੌਣ? ਬਬਲ ਮੱਲੀ ਤੇ ਸਾਹਿਬ ਮੱਲੀ ਜੀ ਤੇ ਗੁਰਜਿੰਦਰ ਮੱਲੀ ਤੇ ਆਪਣਾ 6-7 ਅਣ ਪਛਾਤੇ ਜੀ ਇਹਦੇ ਚ, ਤੇ ਨਸ਼ੇ ਪੱਤੇ ਇੰਨੇ ਖਵਾ ਕੇ ਜੀ ਨਾਲ ਜਿਹੜੇ 7-8 ਬੰਦੇ ਸੀਗੇ ਜੀ, ਉਹ ਇੰਨੇ ਕੁ ਬੰਦੇ ਸੀਗੇ ਜੀ, ਉਹਨਾਂ ਨੇ ਭੋੜਾ ਵੀ ਤਰਸ ਨਹੀਂ ਕੀਤਾ, ਇਹਦੀ ਪੁਲਿਸ ਵੀ ਨਹੀਂ ਉਹ ਤਰ੍ਹਾਂ ਕੁੱਟਦੀ ਜਿਹੜੇ ਸਾਨੂੰ ਉਹਨਾਂ ਨੇ ਕੁੱਟਿਆ ਜੀ, ਤੇ ਫਿਰ ਮੈਨੂੰ ਕੁੱਟ ਕੁੱਟ ਕੇ ਜੀ ਤੇ ਉੱਥੇ ਰੋਡ ਤੇ ਛੱਟ ਗਏ ਜੀ, ਮੈਨੂੰ ਐਵੇਂ ਇਹਨਾਂ ਆਹ ਸਾਦਕ ਰੋਡ ਤੇ ਜੀ, ਫਿਰ ਉੱਥੇ ਵਟਸਐਪ ਤੇ ਫੋਨ ਲਾਇਆ ਇਹਨਾਂ ਨੇ ਮੇਰੀ ਘਰੇ ਭੈਣਾਂ ਨੂੰ ਜੀ, ਭੈਣਾਂ ਰੋਂਦੀਆਂ ਕਰਲਾਉਂਦੀਆਂ ਇੱਥੇ ਪਹੁੰਚੀਆਂ, ਇਹਨਾਂ ਨੇ ਵੇਖਿਆ, ਇਹਨਾਂ ਨੇ ਐਂ ਵੇਖਿਆ, ਇਹਨਾਂ ਨੇ ਆਖਿਆ ਵੀ ਇਹ ਬਚਦਾ ਨਹੀਂ ਗਾ, ਤੁਸੀਂ ਆਪ ਵੀ ਵੇਖ ਸਕਦੇ ਹੋ ਹਾਲਾਤ, ਤੇ ਨਾਲਾ ਚਾਚਾ ਸੀ ਇਹਦੇ ਵੀ ਧੱਕਾ ਮਾਰ ਗਏ, ਇਹਦੇ ਵੀ ਤੁਸੀਂ ਵੇਖ ਸਕਦੇ ਹੋ। ਹਾਂਜੀ, ਪੁਲਿਸ ਨੇ ਜੀ ਹਜੇ ਤਾਂ ਪੁਲਿਸ ਤਾਂ ਕਹੀ ਜਾਂਦੀ ਹੈ ਵੀ ਆਹ ਕਾਰਵਾਈ ਤਾਂ ਕਰੀ ਜਾਂਦੀ ਹੈ ਜੀ, ਵੈਸੇ ਤਾਂ ਐਵੇਂ ਆਖ ਗਏ ਜਿਹੜੇ ਹਿਸਾਬ ਨਾਲ ਕੰਪਲੇਂਟ ਹੋ ਗਿਆ, ਹਾਂ ਪਰਚਾ ਦਰਜ ਹੋ ਗਿਆ ਜੀ। ਬੰਦੇ ਫੜੇ ਕਿ ਨਹੀਂ? ਬੰਦੇ ਹਜੇ ਤੱਕ ਫੜੇ ਨਹੀਂ ਗਏ ਜੀ, ਉਹਨਾਂ ਨੇ ਨੰਬਰ ਬੰਦ ਕਰ ਲਿਆ। ਕਿੰਨੇ ਦਿਨ ਦੀ? ਇਹ 19 ਤਰੀਕ ਦੀ ਆ ਸਰ ਗੱਲ, ਹਲੇ ਤੱਕ ਕੋਈ ਅਰੈਸਟ ਨਹੀਂ? ਨਹੀਂ ਹਜੇ ਤੱਕ ਅਰੈਸਟ ਨਹੀਂ ਹੋਇਆ ਜੀ, ਤੇ ਇੱਕ ਦੋ ਬੰਦੇ ਅਰੈਸਟ ਵੀ ਕੀਤੇ ਆ, ਪੁਲਿਸ ਤਾਂ ਆਪਣੇ ਤੌਰ ਤੇ ਕਾਰਵਾਈ ਕਰ ਰਹੀ ਹੈ ਜੀ। ਜਿਹੜੀ ਹਰਪ੍ਰੀਤ ਮੈਡਮ ਆਈ ਆਪਣੇ ਕੋਟ ਭਾਈ ਦੀ, ਉਹਨੇ ਕਿਹਾ ਸੀ ਉਹਦੀ ਮੈਂ ਸੱਚ ਦੇ ਸੱਚ ਦੇਖਣੀ, ਬਸ ਇਹ ਆ ਰਿਹਾ ਇਨਸਾਫ, ਸੱਚ ਦਾ ਸੱਚ ਤੇ ਝੂਠ ਦਾ ਝੂਠ ਸਾਹਮਣੇ ਆ ਜਾਈ ਇਹ, ਤੇ ਜਿਹੜਾ ਜੇ ਮੇਰੇ ਨਾਲ ਨਜਾਇਜ਼ ਧੱਕਾ ਲੱਤਾਂ ਬਾਹਾਂ ਇਹਨਾਂ ਨੇ ਮੇਰੀਆਂ ਕੁੱਟੀਆਂ ਜੀ,
ਉਹਨਾਂ ਇਹਨਾਂ ਨੂੰ ਸਜ਼ਾ ਮਿਲ ਜਾਏ ਜੀ। ਉਹ 1,90,000 ਦੀ ਇਹਦੀ ਐਂਟਰੀ ਆਈ ਆ, 10,000 ਰੁਪਈਆ ਨਗਦ ਦੇ ਕੇ ਗਿਆ। ਉਸ ਤੋਂ ਬਾਅਦ ਅਸੀਂ ਗੱਡੀ ਇਹਦੇ ਨਾ ਕਰਾਈ ਆ, ਨਾ ਕਰਾਉਣ ਤੋਂ ਉਪਰੰਤ ਇਹਨੇ ਲੋਨ ਦੇ ਪੈਸੇ ਲੋਨ ਕਰਾ ਕੇ ਪੈਸੇ ਵਾਪਸ ਦੇ ਕੇ ਅਤੇ ਗੱਡੀ ਲੈ ਕੇ ਜਾਣੀ ਸੀ, ਪਰ ਇਹਨੇ ਉਹ ਕੰਮ ਨਹੀਂ ਕੀਤਾ। ਇਹਨੇ ਸਾਡੇ ਤੋਂ ਮਤਲਬ ਗੱਡੀ ਆਪਦੇ ਨਾ ਕਰਵਾ ਲਈ ਆ, ਧੋਖੇ ਨਾਲ ਕਰਵਾ ਕੇ ਜਿੰਨੇ ਪੈਸੇ ਆਏ ਆ ਸਾਰੇ ਦੇ ਸਾਰੇ ਹਜ਼ਮ ਕਰ ਗਿਆ। ਨਾ ਇਹ ਮਤਲਬ ਕਿਸੇ ਆਸੇ ਲੱਗਿਆ, ਨਾ ਪਾਸੇ ਲੱਗਿਆ। ਉਹਦੀ ਰਿਪੋਰਟ ਅਸੀਂ ਥਾਣਾ ਸਦਰ ਦੇ ਵਿੱਚ ਦਿੱਤੀ ਹੋਈ ਆ, ਐਪਲੀਕੇਸ਼ਨ ਦਿੱਤੀ ਹੋਈ ਆ, ਉਹ ਮੁਕੱਦਮੇ ਤਹਿਤ ਚੱਲਦੀ ਪਈ ਆ। ਉੱਤੇ ਕਾਰਵਾਈ ਜੋ ਹੋ ਗਈ ਉਹ ਉਹਦੇ ਹਿਸਾਬ ਨਾਲ ਚੱਲਦੀ ਪਈ ਆ। ਇਹ ਆਪ ਨਹੀਂ ਪਹੁੰਚਿਆ, ਇਹਦੀ ਭੈਣ ਆਈ ਆ, ਉਹ ਬਿਆਨ ਦੇ ਕੇ ਗਈ ਆ ਵੀ ਮੈਂ ਮਨਜੀਤ ਸਿੰਘ ਮੋਟੇ ਨੂੰ ਸਾਰੀ ਪੇਮੈਂਟ ਗਿਣਾ ਚੁੱਕੀ ਹਾਂ, ਜੋ ਕਿ ਗੱਡੀ ਦਾ ਦਲਾਲ ਆ। ਪਰ ਉਹਨੂੰ ਉਹਦੇ ਨਾਲ ਸੰਪਰਕ ਕਰਨ ਤੋਂ ਪਤਾ ਲੱਗਿਆ, ਉਹ ਕਹਿੰਦਾ ਵੀ ਮੇਰੇ ਕੋਲ 1 ਰੁਪਈਆ ਨਹੀਂ ਆਇਆ। ਆਪ ਇਹ ਕਿਸੇ ਦੇ ਮੱਥੇ ਨਹੀਂ ਲੱਗਦਾ, 2.5-3 ਮਹੀਨਿਆਂ ਤੋਂ ਫਰਾਰ ਹੈ। ਅਤੇ ਜਿਹੜੇ ਇਹਨੇ ਸਾਨੂੰ ਚੈੱਕ ਦਿੱਤੇ ਸੀ ਸੌਦੇ ਵੇਲੇ, ਉਹ ਵੀ ਅਸੀਂ ਮਤਲਬ ਬੈਂਕ ਦੇ ਵਿੱਚ ਲਾਏ ਆ ਅਤੇ ਉਹ ਮਤਲਬ ਬਾਊਂਸ ਹੋ ਗਿਆ। ਉਹਦਾ ਕਹਿਣਾ ਹੈਗਾ ਕਿ ਉਹ ਤੋਂ ਚੈੱਕਾਂ ਦੇ ਸਾਈਨ ਜਿਹੜੇ ਹੈਗੇ ਆ 19 ਤਰੀਕ ਨੂੰ ਕਰਵਾਏ ਗਏ, ਜਿੱਦਾਂ ਉਹਨੂੰ ਕਿਡਨੈਪ ਕੀਤਾ ਗਿਆ, ਕੁੱਟਮਾਰ ਕੀਤੀ ਗਈ। ਨਹੀਂ ਜੀ, ਉਹ ਤਾਂ 28-9 ਨੂੰ ਮਤਲਬ ਜਿਹੜੇ ਆ ਚੈੱਕ ਆ ਉਹ ਤਾਂ ਬਾਊਂਸ ਹੋ ਕੇ ਆ ਗਏ ਆ। 19 ਤਰੀਕ ਵਾਲੇ ਦਿਨ ਤਾਂ ਚੈੱਕ ਹੈ ਹੀ ਨਹੀਂ ਕੋਈ, ਨਾ ਹੀ ਕਿਸੇ ਨੇ ਕੋਈ ਸਾਈਨ ਕਰਾਇਆ। ਇਹ ਤਾਂ ਗਲਤ ਮਤਲਬ ਜਿਹੜਾ ਇਹਦੇ 'ਤੇ ਮਤਲਬ ਇਹ ਆਪਦੀ ਜਿਹੜੀ ਆ ਛਪਾਉਣ ਦੀ ਖਾਤਰ ਸਾਡੇ 'ਤੇ ਮਤਲਬ ਇਲਜ਼ਾਮ ਲਾ ਰਿਹਾ। ਇਹ ਪੈਸੇ ਹੜੱਪਣੇ ਚਾਹੁੰਦਾ, ਗੱਡੀ ਬਗੈਰ ਪੈਸਿਆਂ ਤੋਂ ਮੰਗਦਾ। ਅਤੇ ਉਹਨੂੰ ਕਾਊਂਟਰ ਕਰਨ ਲਈ ਜਿਹੜਾ ਅਸੀਂ ਇੱਥੇ ਇਹਦੇ 'ਤੇ ਕਾਰਵਾਈ ਕਰਵਾ ਰਹੇ, ਉਹਨੂੰ ਕਾਊਂਟਰ ਕਰਨ ਲਈ ਇਹ ਮਨੋ ਘੜਤ ਕਹਾਣੀ ਬਣਾ ਰਿਹਾ ਕਿ ਮੈਨੂੰ ਚੋਕੇ ਲੈ ਗਿਆ, ਮੈਨੂੰ ਕੁੱਟਿਆ, ਮੈਨੂੰ ਮਾਰਿਆ। ਇਹੋ ਜਿਹੀ ਕੋਈ ਗੱਲਬਾਤ ਨਹੀਂ। ਜੇ ਤੁਸੀਂ ਸਪਸ਼ਟੀਕਰਨ ਲੈਣਾ ਚਾਹੁੰਦੇ ਤਾਂ ਲੋਕਲ ਪੁਲਿਸ ਤੋਂ ਲੈ ਸਕਦੇ ਹੋ। ਉਹਨਾਂ ਨੂੰ ਅਸੀਂ ਐਪਲੀਕੇਸ਼ਨ ਦਿੱਤੀ ਆ, ਉਹਨਾਂ ਨੇ ਅੱਗੇ ਕਾਰਵਾਈ ਕਰਨ ਵਾਸਤੇ ਕਾਰਵਾਈ ਚੱਲ ਰਹੀ ਆ। ਇਹਦੇ ਉੱਪਰ ਜਿਹੜੇ ਪਹਿਲਾਂ ਵੀ ਬਹੁਤ ਸਾਰੇ ਪਰਚੇ NDPC ਦੇ ਚੱਲ ਰਹੇ ਆ, ਇਹਨਾਂ ਦਾ ਜੋ ਕਰੈਕਟਰ ਆ ਉਹ ਉੱਥੇ ਲੋਕਲ ਪੁਲਿਸ ਨੂੰ ਪਤਾ। ਇਹ ਜਾਣ ਬੁੱਝ ਕੇ ਗੇਮ ਬਣਾਉਂਦੇ ਆ, ਗੇਮ ਬਣਾ ਕੇ ਟਰੈਪ ਲਗਾ ਕੇ ਆ। 20 ਤਰੀਕ ਨੂੰ ਇੱਕ ਉੱਥੋਂ ਅਮਲਰ ਆਈ ਸੀ ਫਰੀਦਕੋਟ ਤੋਂ ਵੀ ਰਾਜ ਸਿੰਘ ਬੰਦਾ ਇੱਦਾਂ ਕਰਕੇ ਕੁੱਟਮਾਰ ਕਰਕੇ ਉੱਥੇ ਸੱਟਾਂ ਲੱਗਣ ਦੀ ਦਾਖਲਾ। ਉੱਥੇ ਜਾ ਕੇ ਉਹਦੀ ਸਟੇਟਮੈਂਟ ਲਿਖੀ ਉਹਦੇ ਵੀ ਇੱਥੋਂ ਕੋਠੇ ਬੜੇ ਵਾਲੇ ਤੋਂ ਅਗਵਾਹ ਕਰਕੇ ਲੈ ਗਏ ਸੀ ਉਹਨੂੰ 12-13 ਬੰਦੇ। 6 ਬੰਦੇ ਬਾਈ ਨੇਮ ਆ FIR ਦੇ ਵਿੱਚ ਅਤੇ 6-7 ਬੰਦੇ ਆ ਛੱਤੇ ਆ ਜੀ। ਇੱਥੋਂ ਅਗਵਾਹ ਕਰਕੇ ਲੈ ਗਏ ਉੱਥੇ ਜਾ ਕੇ, ਅਤੇ ਫਰੀਦਕੋਟ ਨੇ ਕੁੱਟਮਾਰ ਕੀਤੀ ਉੱਥੇ, ਕੁੱਟਮਾਰ ਕਰਕੇ ਸੁੱਟ ਗਏ। ਉਸ ਤੋਂ ਬਾਅਦ ਉਹਦੀਆਂ ਭੈਣਾਂ ਵੀਰਪਾਲ ਕੌਰ ਨੇ ਉਹਨੂੰ ਦਾਖਲ ਕਰਾਇਆ ਉੱਥੇ ਫਰੀਦਕੋਟ। ਇਹਦੇ ਵਿੱਚੋਂ FIR ਦਰਜ ਹੋਈ ਜੀ 137 ਨੰਬਰ, ਮਿਤੀ 21/10/2023 ਨੂੰ, 364 IPC ਦੀ, 364-342। ਹੁਣ ਬੰਦੇ ਕੀ ਪੂਰਾ ਮਾਮਲਾ ਕੀ ਸੀ ਜੀ? ਮਾਮਲਾ ਇਹਨੇ ਰਾਜ ਸਿੰਘ ਜਿਹੜਾ ਮਦਈ ਸੀ, ਇਹਨੇ ਇੱਕ ਟਰੱਕ ਖਰੀਦਿਆ ਸੀ ਮੱਲੀ ਟਰਾਂਸਪੋਰਟ ਗੁਰਜਿੰਦਰ ਸਿੰਘ ਆਪਣੇ ਸਰਦੂਲ ਸਿੰਘ ਪੁੱਤਰ ਵਜੀਰ ਸਿੰਘ ਪਾਸੋਂ ਜੀ। ਉਹਦੇ 'ਚ ਇਹਨੇ 2.5 ਲੱਖ ਰੁਪਈਆ ਕਹਿੰਦਾ ਸੀ ਮੈਂ ਸਾਈ ਦਿੱਤੀ ਸੀ, ਬਾਕੀ ਪੈਸੇ ਕਹਿੰਦਾ ਨਗਦ ਦੇ ਦਿੱਤੇ ਸੀ ਮਨਜੀਤ ਮੋਟੇ ਨੂੰ ਦੇ ਥਰੂ। ਪਰ ਉਹ ਕਹਿੰਦੇ ਸੀ ਸਾਡੇ ਕੋਲ ਪੈਸੇ ਆਏ ਨਹੀਂ। ਉਸੇ ਚੱਕਰ ਦੇ ਵਿੱਚ ਹੀ ਇਹਨਾਂ ਨੇ ਉਹ ਬੰਦੇ ਨੂੰ ਉੱਥੋਂ ਕਿਨਵੇਂ ਕਰਕੇ ਕੁੱਟਮਾਰ ਕੀਤੀ ਸੀ। ਹੁਣ ਕੋਈ ਬੰਦਾ ਜਿਹੜਾ ਮੇਨ ਨਸ਼ੇ ਇਸ ਚੀਜ਼ ਨਾਲ ਹੋਇਆ, ਇੱਕ ਬੰਦੇ ਦੀ ਅਰੈਸਟ ਪਈ ਜੀ ਰਾਤ, ਮਨਜੀਤ ਸਿੰਘ ਮੋਟਾ, ਜਿਹਦੀ ਦੁਕਾਨ ਦੇ ਉੱਤੇ ਸੌਦਾ ਹੋਇਆ ਸੀ ਟਰੱਕ ਦਾ, ਅਤੇ ਜਿਹਨੇ ਦੇਖ ਕੇ ਪੈਸਿਆਂ ਦਾ ਲੈਣ ਦੇਣ ਉੱਥੇ ਹੋਇਆ ਸੀ। ਜਿਹੜਾ ਟਰੱਕ ਆ ਉਹ ਜਿਹੜਾ ਟਰੱਕ ਖਰੀਦਿਆ ਜਿਹਦੇ ਕੋਲ, ਉਹ ਬੰਦੇ ਅਰੈਸਟ ਨਹੀਂ ਹੋਈ, ਭਗੌੜੇ ਆ ਅਤੇ ਉਹਨਾਂ ਦੀ ਵਾਰ ਵਾਰ ਟੀਮਾਂ ਬਣਾ ਕੇ ਰੇਡ ਕੀਤੇ ਜਾ ਰਹੇ। ਹੈ ਕੌਣ ਜੀ ਮੇਨ, ਇਹ ਕਿਹੜੀ ਟਰਾਂਸਪੋਰਟ ਤੁਸੀਂ? ਇਹ ਮੱਲੀ ਟਰਾਂਸਪੋਰਟ ਜੀ, ਗੁਰਜਿੰਦਰ ਸਿੰਘ ਮੱਲੀ। ਇਹ ਕੋਈ ਟਰੱਕਿੰਗ ਦਾ ਪ੍ਰਧਾਨ ਵੀ ਹੈ ਫਰੀਦਕੋਟ ਜੀ? ਨਹੀਂ, ਇਹਦੇ ਬਾਰੇ ਨਹੀਂ ਕੋਈ ਕਹਿ ਸਕਦੇ ਜੀ, ਮੇਰੇ ਕੋਲ ਇਹਦੇ ਬਾਰੇ ਇਨਫੋਰਮੇਸ਼ਨ ਨਹੀਂ ਹੈਗੀ ਅਤੇ ਇਹ ਨਹੀਂ ਪਤਾ ਕਿ ਟਰੱਕਿੰਗ ਦਾ ਪ੍ਰਧਾਨ ਆ, ਪਰ ਇੰਨਾ ਹੀ ਮੱਲੀ ਟਰਾਂਸਪੋਰਟ ਦਾ ਮਾਲਕ ਆ ਉਹਨਾਂ 'ਤੇ ਮਾਲਕ।